వర్షత ఇస్లాం ਭਾਈ ਹੁਣ ਮੈਂ ਤੁਹਾਡੇ ਹਲੇ ਪਲੇ ਆ ਰਿਹਾ ਸੌਣ ਵਾਲਿਆ ਤੰਡੀ ਮੈਦ ਵੀ ਇਹ ਜਿਹੜੇ ਤੁਸਾਂ ਨਕੀਬ ਤੇ ਨਾ ਖਾਨ ਤੰਗ ਕਰਨੇ ਨਾ ਇਹ ਖੋਲੇ ਉਹ ਖੋਲੇ ਉਹ ਇਹ ਖੋਲੇ ਤੇ ਤੂੰ ਆਪਣਾ ਖੋਲਣਾ ਇਹ ਸਾਰਾ ਤਾਰ ਮਦਾਰ ਇਸ ਦੇ ਵਿੱਚ ਤੂੰ ਕਿੱਥੋਂ ਆਇਆ ਇਹ ਮੈਂ ਇਮਾਨ ਸੇ ਕਹਿ ਰਹਾ ਹੂੰ ਇਹਨਾਂ ਦਾ ਡੋਰ ਬੰਦ ਕਰ ਦਿਓ ਇਹ ਪਿੱਛੇ ਤਰੇ ਚਾਰ ਜਿਹੜੇ ਪਿੱਛੋਂ ਅੰਗ ਰਹੇ ਨੇ ਨਾ ਰੱਖ ਲਵਾਉਣੇ ਨਾ ਇਹਨੂੰ ਬੰਦ ਕਰ ਦਿਓ ਇੱਕ ਨਾ ਖਾਨ ਵੀ ਨਾ ਪੜ ਕੇ ਤੁਸੀਂ ਗੱਲ ਕਰੋ ਨਾ ਇਹਨਾਂ ਕੋਈ ਸੋਹਰੇ ਨਾ ਕੋਈ ਗਦਾਏ ਸਾਰਾ ਸ਼ੋਰ ਸ਼ਰਾਬੇ ਵਿੱਚ ਹੱਲਾ ਗੁੱਲਾ ਉੱਤੋਂ ਇਹਨਾਂ ਸੌਂਡਾ ਲੈ ਤੰਗ ਕਰੇ ਖੋਲੇ ਇੱਕੋ ਖੋਲੇ ਫਲਾਣ ਕਰੇ ਉਹ ਸ਼ੋਰ ਸ਼ਰਾਬੇ ਵਿੱਚ ਪਤਾ ਹੀ ਕੋਈ ਨਹੀਂ ਆਖੇ ਦੀ ਉਸ ਦਾ ਗੱਲ ਕਿਹੜੀ ਹੋਈ ਚੱਲੀ ਤੋ ਸਾਰਾ ਚੱਕਰ ਹੀ ਸੌਣ ਚਲਾਇਆ ਵਾ ਤੇ ਹੁਣ ਮਲਕ ਜੀ ਗੱਲ ਤੁਹਾਡੇ ਤੇ ਵੀ ਆਉਣੀ ਹੈ ਪਰ ਤੁਹਾਡਾ ਨਹੀਂ ਸਾਰੇ ਮੁਲਕ ਵਿੱਚ ਇਹ ਰਿਵਾਜ਼ ਪੈ ਗਿਆ ਚਲੋ ਅੱਜ ਤਾਂ ਜਲਸਾ ਹੋਇਆ ਪੂਰੇ ਮੁਲਕ ਵਿੱਚ ਜੋ ਮਹਿਫਿਲ ਮਿਲਾਦ ਹੁੰਦੀ ਹੈ ਹੁਣ ਜ਼ਿਆਦਾ ਹੋ ਸਕਦਾ ਹੈ ਹੁਸਨ ਨਾ ਇਨਸ਼ਾਅੱਲਾ ਔਰ ਕਰਾਣੀਆਂ ਚਾਹੀਦੀਆਂ ਤੇ ਇਹ ਜਿਹੜੇ ਦੋ ਦੋ ਤਰੇ ਤਰੇ ਗੰਡੇ ਤੁਸੀਂ ਕੰਜਰ ਨਚਾਨੇ ਹੋ ਸਟੇਜਾਂ ਦੇ ਇਹ ਮਾਂ ਕੁਰਾਨ ਹਦੀਸ ਤੋਂ ਸਾਬਿਤ ਕਰ ਦੇ ਚੱਲ ਵੱਡਿਆ ਮੌਲੀਆ ਨਹੀਂ ਜੀ ਨਹੀਂ ਇਹ ਗਲਤ ਬਾਤ ਹੈ ਅੱਛਾ ਮਾਂ ਦੱਸੋ ਜਿਹੜੇ ਤੁਸੀਂ ਇਹ ਦਲੀਲ ਕੱਢਨੇ ਹੋ ਬਈ ਜਨਾਬ ਉਹਨਾਂ ਬੱਚੀਆਂ ਦਫ਼ ਮਾਰੇ ਆ ਉਹ ਤਾਂ ਨਾਬਾਲਿਗ ਬੱਚੀਆਂ ਕਿਸੇ ਵੱਡੀ ਜਨਾਨੀ ਦਫ਼ ਮਾਰਿਆ ਕਿਸੇ ਵੱਡੇ ਜਣੇ ਮਾਰਿਆ ਯਾ ਹਜ਼ੂਰ ਨਾ ਉਹ ਇੱਕ ਦਫ਼ਾ ਕਾ ਵਾਕਿਆ ਹੈ ਨਾ ਹਜ਼ੂਰ ਯਾ ਹੁਕਮ ਦਿੱਤਾ ਬਈ ਜਨਾਬ ਹਮੇਸ਼ਾ ਵਾਸਤੇ ਤੁਸੀਂ ਇਹ ਨਹੀਂ ਕਰਿਓ ਬਈ ਇਹ ਕੰਮ ਕੋ ਹੁਜਤ ਨਾ ਬਣਾ ਹੁਜਤ ਉਹ ਹੈ ਜਿਸ ਨੇ ਰਸੂਲ ਅੱਲਾ ਨੇ ਲਗਾਤਾਰ ਕੀਆ ਔਰ ਉਸ ਕਾ ਹੁਕਮ ਵੀ ਦਿਆ ਕਿ ਕਰੋ ਸੁਣੀ ਹੁਣ ਨੇ ਨਾ ਤੇ ਮੈਂ ਅਪੀਲ ਹੈ ਇਹ ਦੋ ਨੰਬਰ ਪੀਰ ਜਿਹੜੇ ਨੇ ਪੀਰ ਦੋ ਨੰਬਰ ਜਿਹੜੇ ਨਿਕਲ ਆਏ ਇਹਨਾਂ ਤੇ ਦੋ ਨੰਬਰ ਨਾ ਖਾਨਾ ਸਾਡੇ ਮਸਲਕ ਨੇ ਬੇੜਾ ਗਰਕ ਕਰ ਛੱਡਿਆ ਨਾਰਾਜ਼ ਨਾ ਹੋ ਗਏ ਇਹ ਆਪਕੀ ਮਹਿਫਿਲ ਹੋ ਜਾਂ ਕਿਸੇ ਕੀ ਮਹਿਫਿਲ ਹੋ ਕੋਈ ਸ਼ਰੀਅਤ ਚ ਇਹਨਾਂ ਜਵਾਜ਼ ਨਹੀਂ ਕੋਈ ਜ਼ਿਕਰ ਨਹੀਂ ਸਿਰਫ ਗੱਲ ਇਤਨੀ ਹੈ ਕਿ ਪਹਿਲੇ ਜ਼ਮਾਨੇ ਚ ਲੋਕ ਇਹ ਜਿਹੜੇ ਪਿੰਡਾਂ ਥਾਵਾਂ ਨੇ ਚੌਧਰੀ ਉਹਨਾਂ ਪੈਸੇ ਵਾਲੇ ਲੋਕ ਹੋਣੇ ਆ ਗਰੀਬ ਤਾਂ ਕਰੇ ਨਹੀਂ ਕੋਈ ਜਾਣਾ ਪੈਸੇ ਵਾਲੇ ਲੋਕ ਕੀ ਕਰੇ ਨੇ ਕਿ ਉਹ ਜਨਾਬ ਆਪਣਾ ਵਿਜਾ ਸ਼ਾਦੀਆਂ ਤੇ ਨਟ ਮੰਗਵਾਉਣੇ ਆ ਕੰਜਰ ਲਾ ਲੈ ਇਹ ਗੱਲ ਹੀ ਹੁਣ ਫਰਕ ਇਤਨਾ ਪੈ ਗਿਆ ਕਿ ਜਿਹੜੇ ਤੁਸੀਂ ਪੈਸੇ ਵਾਲੇ ਹੋ ਹੁਣ ਤੁਸੀਂ ਇਹ ਮਜ਼ਬੀ ਕੰਜਰ ਮੰਗਵਾ ਗਏ ਹੋ ਫਰਕ ਇਤਨਾ ਫਰਕ ਗੱਲ ਹੋਈ ਹੈ ਬਾਈ ਗੱਲ ਹੁਣ ਵੀ ਢੋਲ ਹੀ ਮਰੇ ਨੇ ਆ ਯਾਰ ਤੇ ਚਲੋ ਕੋਈ ਮਾਈਆ ਟੱਪਾ ਗਏ ਨੇ ਆ ਤੇ ਹੁਣ ਅਸੀਂ ਕੀ ਪੈ ਕਰੇ ਆ ਇਹ ਨਾਤ ਨਹੀਂ ਹੈ ਨਾਤ ਕੀ ਤੋਹੀਨ ਹੈ ਕਿਸਾਂ ਫਿਰ ਨਾ ਖਾਨ ਨਾ ਖਾਨ ਇਹ ਨਾ ਕਿ ਕਰੋ ਇਹ ਜਨਾਬ ਬੁਲਬੁਲੇ ਮਦੀਨਾ ਤੇ ਇਹ ਜਨਾਬ ਫਲਾਣਾ ਆਲਮੀ ਸ਼ੋਹਰਤ ਯਾਫਤਾ ਨਾ ਖਾਨ ਨਹੀਂ ਕਿਆ ਕਰੋ ਇਹ ਆਲਮੀ ਸ਼ੋਹਰਤ ਡਾਂਸਰ ਆ ਰਹਾ ਹੈ ਅਬ ਦੇਖੀਏ ਡਾਂਸ ਕੈਸਾ ਹੋ ਸਕਦਾ ਐਲਾਨ ਕੀਤਾ ਕਰੋ ਫਿਰ ਕਿਆ ਕਰੋ ਠੀਕ ਹੈ ਨਾ ਖਾਨ ਨਾ ਕਹਾ ਕਰਾਂਗੇ ਇਹ ਨਾਤ ਕਾ ਇਹ ਤੋਹੀਨ ਹੈ ਨਾਤ ਖਾਨੋ ਸੇ ਵੀ ਮੈਂ ਗੁਜ਼ਾਰਿਸ਼ ਕਰੂੰਗਾ ਆਪਕੀ ਮੈਂ ਇਹ ਹੁਣ ਇਹ ਨਾ ਜੋ ਮੌਲਵੀ ਸਾਹਿਬ ਕੋਈ ਇਹਨਾਂ ਵਾਸਤੇ ਪਿਆ ਨੇ ਇਹ ਸਾਰੇ ਅਜ਼ੀਜ਼ ਵਿੱਚ ਸਾਰੇ ਮੁਲਕ ਜੀ ਆ ਪਿਆਉਣਾ ਦਰੱਪਾ ਕੁੱਦੀ ਜਨਾਬ ਦੀਨ ਦੀ ਕਦਰ ਹੀ ਕੋਈ ਨਹੀਂ ਵੈਲਿਊ ਕੋਈ ਨਹੀਂ ਅੱਛਾ ਉਸਤਾਦ ਕਿਹੜੇ ਨੇ ਤੁਹਾਡੇ ਗਿਰਾਏ ਨੇ ਬੈਠੇ ਬੈਠੇ ਇਹ ਵੀ ਉਸਤਾਦ ਹੈ ਉਸਤਾਦ ਜੀ ਆਪਣੇ ਮਾਂ ਨਾਲ ਦੱਸੋ ਕਿਤਨੀ ਤਨਖਾਹ ਦੇ ਰਹੇ ਨੇ ਫ੍ਰੀ ਕਰਨੇ ਹੋ ਚਲੋ ਤੁਹਾਡੀ ਇੱਕ ਮਿਹਰਬਾਨੀ ਤੁਸੀਂ ਕਰਨੇ ਹੋ ਉਂਝ ਪਿੰਡਾਂ ਥਾਵਾਂ ਦੇਣੇ ਕੀ ਆ ਅਲਾ 5000 ਦੇਣੇ ਜਾਂ 10000 ਇਹ ਗੱਲ ਇਹ ਦੇਣੇ ਹੋ ਨਾ ਪੂਰਾ ਮਹੀਨਾ ਨਾ ਦਬਾ ਕੇ ਵੀ ਰੱਖਦੇ ਵਾਦੇ ਘਾਟੇ ਇੱਕ ਟਾਈਮ ਗਾ ਕੇ ਵਾਜੇ ਵਾਹ ਜੀ ਵਾਹ ਉਸਤਾਦ ਜੀ ਦਾਣੇ ਨਾ ਦੇਣੇ ਕਿੱਥੇ ਟਿਕ ਰਹੇ ਹੋ ਇਹਨਾਂ ਉਸਤਾਦਾਂ ਜਿਹੜਾ ਜ਼ਿਆਦਾ ਨਹੀਂ ਤੇ ਕਮ ਅਜ਼ ਕਮ ਜ਼ਿਆਦਾ ਨਹੀਂ ਕਰੀ ਤਾਂ 2-4 ਸਾਲ ਤਾਂ ਲਾਏ ਉਸ ਨੂੰ ਮਦਰਸੇ ਚਲੋ ਕਦੀ ਆਲਿਮ ਨਹੀਂ ਹਾਫਿਜ਼ ਸਾਦਾ ਸਹੀ ਤੇ ਕਮ ਅਜ਼ ਕਮ ਹਾਫਿਜ਼ ਬਣਨੇ ਨਾ ਵੀ ਮੈਂ ਆਪ ਜੇ ਕੁਝ ਕੀਤਾ 2-3 ਸਾਲ ਤਾਂ ਲੱਗਣੇ ਬਹੁਤ ਤੇਜ਼ ਹਾਫਿਜ਼ ਹੋਵੇ ਤਾਂ 2 ਸਾਲਾਂ 2.5 ਸਾਲ ਵਜੇ ਨਹੀਂ ਤਾਂ 4 ਸਾਲ ਵੀ ਲੱਗਣੇ ਯਾਰ ਇਹ 4 ਸਾਲ ਤਾਂ ਉਸਤਾਦ ਵਿਚਾਰੇ ਪੜ੍ਹਨੇ ਰਹੇ ਤੂੰ ਮੁੱਲ 5000 ਪਾਇਆ ਇਹਨਾਂ ਜਾਗਦਾਂ ਜਿਨ੍ਹਾਂ ਨਾ ਖੁਦਾ ਨਾ ਪਤਾ ਨਾ ਰਸੂਲ ਨਾ ਨਮਾਜ਼ ਨਾ ਸੁਥਣ ਹੋਰ ਚੋਲਾ ਹੋਰ ਤੇ ਡਾਂਸ ਕਰਨ ਵਾਸਤੇ ਆ ਜਾਣੇ ਇਹਨਾਂ ਤੋਂ ਤੂੰ 20-30 ਹਜ਼ਾਰ ਚਾਹ ਦੇਣਾ ਕੀਤਾ ਉਹਨਾਂ ਕਿਵੇਂ ਉਹ ਕੀਤਾ ਕਿਵੇਂ ਉਹਨਾਂ 2-4 ਮਿੰਟ ਤਾਂ ਨਚਾ ਛੋੜੇ ਨੇ ਨਾ ਬਸ ਤੂੰ ਖੁਸ਼ ਹੋ ਗਿਆ ਮੁਰਸ਼ਦ ਛੋਣਾ ਡਿੰਡ 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 ਓਏ ਦੀ
اسلام ہے. واہ یار کمال ہے. جو جو برا میں اس وجہ سے کہنا تو آپ ہی گھر بیٹھے ہیں نا, دیکھو نا بریلوی ہیں تو بھابی آخیا چڑ چڑیا میں بھائی غلط کام ہے یار غلط ہے. شریعت کا یہ مسئلہ ہے کہ جب بھی جلسہ کرائیں قرآن کریم کی تلاوت ہو نعت خوان ایک ہوئے یا دا ہوگا اعتراض نہیں, اچھے طریقے نال باعزت درود پڑھ کر احسن طریقے سے حضور کی نعت پڑھیں, اس کے بعد خطاب ہو ایک مولوی ہو یا دو آپ کو مسئلے بتائیں. یہ تو میں ثابت کر سکتا ہوں قرآن حدیث سے. ہن تو کنجرا چاڑ آنے سٹیجے تے میں کہ تو ثابت کراں جی. او بھائی تو قرآن وچ ہوئے تو میں ثابت کراں نا, حدیث وچ ہوئے تو میں ثابت کراں. اس لیے اگر باقی مسئلے آپ کو قرآن حدیث یاد آتا ہے تو ان مسئلوں میں بھی قرآن حدیث یاد کیا. اللہ اچھا اگلی گل ملک انصر رضی بیٹھے میں نے ساڑھے دے بھی کچھ چڑھ پہ میں تو سو برا تو چنگا بول بھی آ رہا یہ, لیکن یہ ادب والا ہے. ادب والا نقیب محفل ہو جو باعزت طریقے سے اعلان کرے اچھے شعر پڑھے اس کو بلائیں. یہ جڑے بدماش ہیں نا نقیب بولو اے جو حلالی ہے وہ بولے, یہ جڑے نہیں بولے حرامی ہے. ہاں تک نہیں رہا تھی نقیب نہ تکے کرو بالکل اس طرح بولے جو حلالی ہے وہ جڑے نے پترا پہ ہوں جڑا بےچارا معذور ہے یا چلو نہیں اس نے دل بولنے دے یا بیمار یا اونج بیٹھا اس نے مطلب وہ حلالی ہے ہی نہیں. او بھائی انہاں بول اچھا ایمان نال دسو میں اتنی دیر تقریر کی تھی تساں کو میں تنگ کیتا بھائی بولو آپ تسی بولنے رہے سبحان اللہ میں تے تساں نہیں آ گیا. او انہاں پیسے جے ماں دتے نو تے میں ہی بولنا نا, پیسے میں گے دے نو ہزاراں روپے نو بول تے تنگ تساں کل تسی بولو او تساں بولنا ہے تے تسی گرائے وچ اونا پہلے ہی بول گنو نا. جڑا نقیب ہے نا تساں تنگ کرے نا ذا کو میاں جی اتنی دور آئے ہو ہزاراں روپے گے دے نو تو تو بول نا اسی کیوں بولا سی تو نہ سن رہا ہے بھائی کاٹ کریں اے اے بھائی ہن میں تنے والے پلے آ رہا سن والے تنڈی میت وچ اے جڑے تساں نقیب تے نا تھان تنگ کرنے نا یہ کھولے وہ کھولے او یہ کھولا تے تو اپنا کھول نا یہ سارا دار مدار اس تے وچ تو کتھوں آیا. یہ میں ایمان سے کہہ رہا ہوں انہوں نے ڈول بند کر دیو کہ پیچھے ترے چار جڑے پیچھے ہنگرے لے نہ رکھے ہونے نہ ان بند کر دو ایک نہ خان بھی نہ پڑھ کے تسی گل کر نہ انہاں کو کوئی شور ہے نہ کوئی صدا ہے یہ سارا شور شرابے وچ اللہ گلا اور تو انہاں سوڈا لے تنگ کرن کھولے ایکو کھولے فلان کرے او شور شرابے وچ پتہ ہی کوئی نہیں آکھے کی اس دا گل کیڑی ہوئی جلدی تو سبحان اللہ سارا چکر ہی سون چلایا والا. اس یہ ساری باتیں میں حقیقت پر کی ہیں اصلاح کے لیے, اگر مرضی تنی اپنی ٹھیک ہے میرا تو کام تھا بتانا.